ਇੱਕੋ ਪਰਿਵਾਰ ਦੇ ਤੁਸੀਂ ਦੇਖਿਆ ਹੋਣਾ, ਤਿੰਨ ਜਾਣੇ ਮਾਰਤੇ, ਉਹਦੇ ਵਿੱਚ ਇੱਕ ਕੁੜੀ ਵੀ ਸੀਗੀ। ਅਤੇ ਭਗਵੰਤ ਮਾਨ ਜੀ ਨੂੰ ਮੇਰੀ ਇਹ ਰਿਕੁਐਸਟ ਜ਼ਰੂਰ ਹੈਗੀ ਹੈ ਕਿ ਤੁਹਾਡੇ ਤੋਂ ਬਹੁਤ ਆਸ ਸੀਗੀ, ਅੱਜ ਦੀ ਡੇਟ 'ਚ ਤੁਸੀਂ ਸੱਚ ਨਹੀਂ ਬੋਲ ਰਹੇ, ਤੁਸੀਂ ਝੂਠ ਮਾਰ ਰਹੇ ਹੋ। ਨਿਕੰਮੀ ਸਰਕਾਰ ਫਿਰ ਮੈਂ ਦੱਸੋ ਉਹਦੇ 'ਚ ਕੀ ਕਰੂੰ, ਉਹਦੇ ਮੇਰੇ ਕੋਲ ਤਾਂ ਮੈਂ ਤਾਂ ਉਹਦੇ ਵਿੱਚ ਕੁੜੀ ਦਾ ਕੋਈ ਕਸੂਰ ਨਹੀਂ ਸੀ ਜਿਹਦਾ ਵਿਆਹ ਰੱਖਿਆ ਹੋਇਆ ਸੀ ਘਰਦਿਆਂ ਨੇ, ਅਤੇ ਲੋਅ ਐਂਡ ਆਰਡਰ ਦੇਖੇ ਕਿ ਸਰੇਆਮ ਦੁਪਹਿਰ ਦੇ 12-1 ਵਜੇ ਦਾ ਟਾਈਮ ਸੀਗਾ। ਉਹ ਮੁੱਖ ਮੰਤਰੀ ਹੈ ਭਗਵੰਤ ਮਾਨ ਜੀ, ਇਹਨਾਂ ਨੇ ਜਦੋਂ ਪੋਲੀਟਿਕਸ ਦੇ ਵਿੱਚ ਜੁਆਇਨ ਕੀਤਾ ਜਾਂ ਜੁਆਇਨ ਕਰਨ ਤੋਂ ਬਾਅਦ ਵੀ ਈਵਨ ਇਹਨਾਂ ਨੇ ਕਿਹੜਾ ਸੋਸ਼ਲ ਕੰਮ ਕੀਤਾ? ਜਿਹੜੀ ਇਹ ਨੌਟੰਕੀ ਜੀ ਕਰਦੇ ਸੀ ਉਹਦੇ ਤੋਂ ਪੈਸੇ ਲੈਂਦੇ ਸੀ। ਇਸ ਵੀਡੀਓ ਦੇ ਵਿੱਚ ਜੇ ਮੈਂ ਸਰਕਾਰ ਨੂੰ 5-7 ਗਾਲਾਂ ਕੱਢਦਾ ਵਾਂ ਅਤੇ ਤੁਸੀਂ ਆਪਣੇ ਪ੍ਰੋਮੋ ਦੇ ਵਿੱਚ ਉਹ ਗਾਲਾਂ ਸ਼ੋਅ ਕਰਦੇ ਹੋ ਤਾਂ ਤੁਹਾਡੀ ਸਾਰੀ ਵੀਡੀਓ ਚੱਲਣ ਲੱਗ ਜਾਣੀ ਹੈ। ਅਤੇ ਤੁਸੀਂ ਵੀ ਧਰਮ ਵਾਲਾ ਮੁੱਦਾ ਜਿਹੜਾ ਛੱਡ ਦਿਓ, ਅਤੇ ਜੇ ਤੁਹਾਡੇ ਕੋਲ ਇੰਨੀ ਕੁ ਹਿੰਮਤ ਹੈਗੀ ਹੈ ਤਾਂ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਬੈਠ ਜਾਓ, ਅਤੇ ਜਿੰਨੇ ਪੈਸੇ ਗੁਰਦੁਆਰੇ ਮੰਦਰ ਮਸੀਤਾਂ ਦੇ ਵਿੱਚ ਪਏ ਹੋਏ ਆ ਉਹਨਾਂ ਸਾਰਿਆਂ ਨੂੰ ਕੱਢ ਕੇ ਅਤੇ ਸਕੂਲਾਂ ਹਸਪਤਾਲਾਂ 'ਚ ਲਾ ਦਿਓ। ਕਿਸੇ ਨੇ ਕਿਸੇ ਨਾਲ ਵਿਆਹ ਕਰਵਾ ਲਿਆ, ਕੋਈ ਕੁੜੀ ਬਾਹਰ ਰਹੀ ਆਈ ਤਾਂ ਉਹਦੇ ਪਿਓ ਨੇ ਹੀ ਆਪਣੀ ਕੁੜੀ ਨੂੰ ਬਾਈਕ ਦੇ ਪਿੱਛੇ ਘੜੀਸਿਆ, ਜਿਵੇਂ ਆਪਣੇ ਹੀ ਭੈਣ ਭਰਾਵਾਂ ਨੂੰ ਮਾਰ ਰਹੇ ਨੇ, ਆਪਣੇ ਹੀ ਪਿਓ ਨੂੰ ਮਾਰ ਰਹੇ ਨੇ। ਮਤਲਬ ਇਹ ਮਾਨਸਿਕਤਾ ਲੋਕਾਂ ਦੀ ਐਵੇਂ ਕਿਉਂ ਹੁੰਦੀ ਜਾ ਰਹੀ ਹੈ? ਇੱਕ ਰਾਤ ਦਿਨ ਅਤੇ ਰਾਤ ਕਿਸੇ ਦੇ ਘਰ ਰਹਿ ਕੇ ਆਈ ਆ, ਮੈਂ ਆਪਾਂ ਅਣਖਾਲੇ ਬੰਦੇ। ਆਪਣੀ ਬੇਟੀ ਜਿਹੜੀ ਹੈਗੀ ਹੈ ਉਹਨੂੰ ਘਰੋਂ ਬਾਹਰ ਨਹੀਂ ਕੱਢਣਾ ਅਤੇ ਦੂਜੀ ਜੀ ਬੇਟੀ ਦੇ ਨਾਲ ਕਰ ਕਰਨਾ, ਇਹ ਮਾਨਸਿਕਤਾ ਹੈਗੀ ਹੈ। ਫੋਟੋ ਤੁਸੀਂ ਜਾਣੀ ਹੈ ਸੋਹਣੀ ਮਾਈਵਾਲ ਦੀ ਘਰ 'ਚ, ਅਤੇ ਆਪਣੀ ਬੇਟੀ ਜਿਹੜੀ ਉਹਨੂੰ ਜੰਮਣ ਨਹੀਂ ਦੇਣੀ। ਫਿਰੋਜ਼ਪੁਰ ਦੇ ਵਿੱਚ ਰੀਸੈਂਟਲੀ ਇੱਕੋ ਪਰਿਵਾਰ ਦੇ ਤੁਸੀਂ ਦੇਖਿਆ ਹੋਣਾ, ਤਿੰਨ ਜਾਣੇ ਮਾਰਤੇ, ਉਹਦੇ ਵਿੱਚ ਇੱਕ ਕੁੜੀ ਵੀ ਸੀਗੀ। ਮੁੰਡਿਆਂ ਬਾਰੇ ਤਾਂ ਚਲੋ ਇਹ ਕਿਹਾ ਜਾ ਰਿਹਾ ਕਿ ਇੱਕ ਮੁੰਡਾ ਸੀ ਦਿਲਦੀਪ ਸਿੰਘ ਨਾਮ ਦਾ, ਉਹਦਾ ਕੋਈ ਬੈਕਗ੍ਰਾਉਂਡ ਇਹੋ ਜਿਹਾ ਸੀਗਾ ਕਿ ਉਸ ਕਰਕੇ ਉਹਨੂੰ ਹੀ ਮਾਰਨ ਆਏ ਸੀ, ਪਰ ਉਹਦੇ ਵਿੱਚ ਕੁੜੀ ਦਾ ਕੋਈ ਕਸੂਰ ਨਹੀਂ ਸੀ ਜਿਹਦਾ ਵਿਆਹ ਰੱਖਿਆ ਹੋਇਆ ਸੀ ਘਰਦਿਆਂ ਨੇ, ਅਤੇ ਲੋਅ ਐਂਡ ਆਰਡਰ ਦੇਖੇ ਕਿ ਸਰੇਆਮ ਦੁਪਹਿਰ ਦੇ 12-1 ਵਜੇ ਦਾ ਟਾਈਮ ਸੀਗਾ। ਉਹ ਪੰਜਾਬ ਵਿੱਚ ਬਹੁਤ ਸਾਰੀਆਂ ਵਾਰਦਾਤਾਂ, ਉਸੇ ਟਾਈਮ ਉਹ ਸਭ ਕੁਝ ਹੋਇਆ। ਹਾਂਜੀ, ਉਸ ਤੋਂ ਬਾਅਦ ਵੀ ਹੋਇਆ ਫਿਰੋਜ਼ਪੁਰ ਦੇ ਵਿੱਚ, ਉਸ ਤੋਂ ਬਾਅਦ ਵੀ ਕਾੜਤੀ ਨੂੰ ਵੀ ਗੋਲੀ ਮਾਰੀ ਗਈ। ਹੋਇਆ ਤੁਹਾਡੇ ਘਰ ਦੇ ਅੰਮ੍ਰਿਤਸਰ ਹੋਇਆ ਜਿਹੜਾ ਉਦੋਂ ਸ਼ਰੇਆਮ ਦਿਨ ਦਿਹਾੜੇ? ਹਾਂਜੀ, ਸਾਰੇ ਕੀਤੇ ਤੁਹਾਡੇ ਇੱਥੇ ਇਹਦੇ ਨੇੜੇ ਹੋਇਆ ਸੀਗਾ, ਜਿਹੜੀ ਬਰਨਾਲਾ ਮੋਗਾ ਰੋਡ ਹੈਗੀ ਆ ਉਹਦੇ 'ਤੇ ਦੇਖਿਆ ਸੀ ਮੈਨੇ ਹੋਇਆ, ਹੋਰ ਵੀ ਕਈ ਸਾਰੇ ਥਾਵਾਂ 'ਤੇ ਇਸ ਤਰ੍ਹਾਂ ਦੇ ਇੰਸੀਡੈਂਟਸ ਹੋਏ ਆ ਵਿੱਚ। ਇਹ ਜੇ ਇੰਸੀਡੈਂਟਸ ਨੂੰ ਦੇਖ ਕੇ ਤੁਸੀਂ ਕੀ ਕਹੋਗੇ ਸਰਕਾਰ ਨੂੰ? ਨਹੀਂ, ਸਰਕਾਰ ਨੂੰ ਮੁੜ ਕੇ ਮੇਰੇ ਕੋਲ ਇਹੀ ਕਹਾਉਣਾ ਕਿ ਨਿਕੰਮੀ ਸਰਕਾਰ ਫਿਰ ਮੈਂ ਦੱਸੋ ਉਹਦੇ 'ਚ ਕੀ ਕਰੂੰ, ਉਹਦੇ ਮੇਰੇ ਕੋਲ ਤਾਂ ਮੈਂ ਤਾਂ ਇੱਕੋ ਹੀ ਵਰਡ ਯੂਜ਼ ਕਰਦਾ ਨਾ ਕਿ ਐਕਚੁਲੀ ਗੁਰਸ਼ਰਨ ਜੀ, ਮੈਂ ਇਹ ਗੱਲ ਕਹਿੰਦਾ ਹੁੰਦਾ ਕਿ ਮਤਲਬ ਇਹਨਾਂ ਤੋਂ ਸੰਭਲ ਕਿਉਂ ਨਹੀਂ ਪਾ ਰਿਹਾ ਸਾਰਾ ਕੁਝ? ਜੇ ਆਪਾਂ ਦੇਖੀ ਕਿ ਸੰਭਲ ਇਸ ਕਰਕੇ ਨਹੀਂ ਪਿਆ ਤੇ ਸੰਭਲ ਇਸ ਕਰਕੇ ਨਹੀਂ ਪੈ ਰਿਹਾ ਕਿਉਂਕਿ ਇਹਨਾਂ ਦੇ ਕੋਲ ਫਸਟ ਪਾਰਟ ਤਾਂ ਹੈਗਾ ਕਿ ਵਿਜ਼ਨ ਨਹੀਂ ਹੈ, ਨੰਬਰ 2 ਹੈਗਾ ਕਿ ਵਿਜ਼ਨ ਤੋਂ ਇਲਾਵਾ ਫਿਰ ਅੱਗੇ ਐਕਸਪੀਰੀਅੰਸ ਕੁਛ ਨਹੀਂ ਹੈ, ਨੰਬਰ 3 ਹੈਗਾ ਕਿ ਇਹਨਾਂ ਦੀ ਮਾਨਸਿਕਤਾ ਲੋਕ ਓਰੀਐਂਟਡ ਨਹੀਂ ਹੈ, ਇਹਨਾਂ ਦੀ ਮਾਨਸਿਕਤਾ ਜਿਹੜੀ ਹੈਗੀ ਆ ਉਹ ਵੋਟ ਕੈਚਿੰਗ ਵਾਲੀ ਪਾਸੇ ਹੈ, ਜੇ ਮੈਨੂੰ ਵੋਟ ਕਿਵੇਂ ਮੇਰੇ ਦੁਆਲੇ ਦੁਆਲੇ ਲੋਕ ਘੁੰਮਣ। ਮੈਂ ਇੱਕ ਦਿਨ ਗੱਲ ਕਰ ਰਿਹਾ ਸੀਗਾ ਕਿ ਆਪਣੇ ਹੁਣ ਮੁੱਖ ਮੰਤਰੀ ਹੈ ਭਗਵੰਤ ਮਾਨ ਜੀ, ਇਹਨਾਂ ਨੇ ਜਦੋਂ ਪੋਲੀਟਿਕਸ ਦੇ ਵਿੱਚ ਜੁਆਇਨ ਕੀਤਾ ਜਾਂ ਜੁਆਇਨ ਕਰਨ ਤੋਂ ਬਾਅਦ ਵੀ ਈਵਨ ਇਹਨਾਂ ਨੇ ਕਿਹੜਾ ਸੋਸ਼ਲ ਕੰਮ ਕੀਤਾ? ਜਿਹੜੀ ਇਹ ਨੌਟੰਕੀ ਜੀ ਕਰਦੇ ਸੀ ਉਹਦੇ ਤੋਂ ਪੈਸੇ ਲੈਂਦੇ ਸੀ, ਇਹ ਲੋਕਾਂ ਨੂੰ ਅਜੇ ਤੱਕ ਇਸ ਗੱਲ ਦੀ ਨਹੀਂ ਸਮਝ ਲੱਗ ਸਕੀ ਵੀ ਜਿਹੜੇ ਗੀਤ ਗਾਉਣ ਵਾਲੇ ਦੇ, ਨੌਟੰਕੀ ਕਰਨ ਵਾਲੇ ਦੇ, ਮਦਾਰੀ ਦੇ ਤੁਸੀਂ ਪੈਸੇ ਦਿੰਦੇ ਹੋ, ਉਹਦੀ ਕੀ ਕੰਟਰੀਬਿਊਸ਼ਨ ਹੈ? ਇੱਥੇ ਸਟੋਰੀ ਹੈ। ਜੇ ਮੈਂ ਉਸ ਤੋਂ ਹੋਰ ਵੀ ਅੱਗੇ ਵੀ ਐਕਸਟੈਂਡ ਕਰਾਂ, ਲੋਕ
ਲੋਕ ਤਾਂ ਗੀਤ ਗਾਉਣ ਵਾਲਿਆਂ ਨੂੰ ਆਦਰਸ਼ ਬਣਾਈ ਫਿਰਦੇ ਹਾਂ। ਹਾਂਜੀ, ਪੋਲੀਟਿਕਸ ਜਿਹੜੀ ਹੈਗੀ ਹੈ, ਪੋਲੀਟਿਕਸ ਜਿਹੜਾ ਵਰਡ ਹੈ ਉਹ ਹੈਗਾ ਪੋਲੀਟਿਕੋ ਗ੍ਰੀਕ ਵਰਡ ਹੈ, ਉਹਦਾ ਮਤਲਬ ਹੁੰਦਾ ਹੈ ਅਫੇਅਰਸ ਆਫ ਦਾ ਟਾਊਨ, ਕਿ ਤੁਸੀਂ ਕਿਹੜੇ ਕੰਮ ਕੀਤੇ ਅਤੇ ਕਿਹੜੇ ਕਰਨੇ ਆ। ਅਤੇ ਲੋਕ ਤਾਂ ਗੀਤ ਗਾਉਣ ਵਾਲਿਆਂ ਨੇ ਟੰਕੀਆਂ ਤੋਂ ਵੀ ਖੁਸ਼ ਨੇ, ਜਾਂ ਕੋਈ ਢੋਲ ਜਿਹਾ ਵਜਾ ਦੇਵੇ ਉਹਦੇ ਤੋਂ ਖੁਸ਼ ਨੇ, ਜਾਂ ਕੋਈ ਇੱਕ ਦੂਜੇ ਨੂੰ ਕਿਸੇ ਨੂੰ ਕੋਈ ਗਾਲਾਂ ਕੱਢ ਦੇਵੇ ਉਸ ਤੋਂ ਬੜੇ ਖੁਸ਼ ਰਹਿੰਦੇ ਆ। ਜੀ, ਜੇ ਅੱਜ ਤੁਸੀਂ ਇਸ ਵੀਡੀਓ ਦੇ ਵਿੱਚ ਜੇ ਮੈਂ ਸਰਕਾਰ ਨੂੰ 5-7 ਗਾਲਾਂ ਕੱਢ ਦੇਵਾਂ ਅਤੇ ਤੁਸੀਂ ਆਪਣੇ ਪ੍ਰੋਮੋ ਦੇ ਵਿੱਚ ਉਹ ਗਾਲਾਂ ਸ਼ੋਅ ਕਰਦੇ ਹੋ ਤਾਂ ਤੁਹਾਡੀ ਸਾਰੀ ਵੀਡੀਓ ਚੱਲਣ ਲੱਗ ਜਾਣੀ ਹੈ। ਲੋਕ ਉਹ ਕੁਝ ਮਤਲਬ ਜ਼ਿਆਦਾ ਬੜੇ ਖੁਸ਼, ਉਹਨੇ ਕਹਿੰਦਾ ਡਾਕਟਰ ਮਲਤਾਨੀ ਨੇ ਬੜੀਆਂ ਗਾਲਾਂ ਕੱਢੀ ਯਾਰ, ਬੜਾ ਘੈਂਟ ਬੰਦਾ। ਉਹਨਾਂ ਨੂੰ ਇਸ ਗੱਲ ਦਾ ਨਹੀਂ ਸਮਝ ਲੱਗੀ ਵੀ ਡਾਕਟਰ ਮਲਤਾਨੀ ਤਾਂ ਵੈਸੇ ਦੁਖੀ ਹੋ ਕੇ ਗਾਲਾਂ ਕੱਢਦਾ ਪਿਆ, ਪਰ ਸਵਾਲ ਤਾਂ ਮੇਰੇ ਦੁਖੀ ਹੁੰਦਾ ਨਹੀਂ ਨਾ, ਸਵਾਲ ਤਾਂ ਲੋਕਾਂ ਦੇ ਪਬਲਿਕ ਦਾ ਹੈ ਕਿ ਪਬਲਿਕ ਦੇ ਵੈਲਫੇਅਰ ਵਾਸਤੇ ਕੀ ਹੋਇਆ। ਜੀ, ਸਵਾਲ ਇੱਥੇ ਆਣ ਕੇ ਟਿਕਦਾ, ਠੀਕ ਹੈ, ਪਰ ਉਸ ਪਾਸੇ ਤਾਂ ਲੋਕ ਜਾਣਦੇ ਹੀ ਨਹੀਂ, ਜਾਣਦੇ ਲੋਕਾਂ ਦਾ ਵਿਜ਼ਨ ਇੰਨਾ ਕਿਉਂ ਮਤਲਬ ਨੀਚੇ ਨੂੰ ਕਿਉਂ ਜਾ ਰਿਹਾ ਜੇ ਦੇਖਿਆ ਜਾਵੇ ਤਾਂ। ਨਹੀਂ, ਉਹ ਫਿਰ ਅਸੀਂ ਵਾਰ ਵਾਰ ਇਹ ਵਰਡ ਯੂਜ਼ ਕਰਦੇ ਹਾਂ ਕਿ ਤੁਹਾਡੇ ਕੋਲ ਸਕੂਲੀ ਐਜੂਕੇਸ਼ਨ ਜਿਹੜੀ ਹੈਗੀ ਆ ਉਹ ਸਿਰਫ ਅਕੈਡਮਿਕਸ ਦੀ ਐਜੂਕੇਸ਼ਨ ਹੈ, ਸੋਸ਼ਲ ਐਜੂਕੇਸ਼ਨ ਤਾਂ ਹੈ ਹੀ ਨਹੀਂ ਤੁਹਾਡੀ। ਤੁਹਾਨੂੰ ਕਦੀ ਸਿਖਾਇਆ ਹੀ ਨਹੀਂ ਗਿਆ ਕਿ ਇਹ ਜਿਹੜਾ ਸਕੂਲ ਹੈ ਇਹ ਤੁਹਾਡਾ ਹੀ ਹੈ, ਤੁਹਾਡੇ ਪੈਸੇ ਨਾਲ ਬਣਿਆ ਹੋਇਆ, ਇਹ ਸੜਕ ਤੁਹਾਡੇ ਪੈਸੇ ਨਾਲ ਬਣੀ ਹੋਈ ਹੈ, ਇਹ ਬੱਸ ਅਤੇ ਰੇਲ ਤੁਹਾਡੇ ਪੈਸਿਆਂ ਨਾਲ ਬਣੀ ਹੋਈ ਹੈ। ਉਹ ਕਈ ਸਾਰੇ ਇੱਦਾਂ ਦੇ ਆਉਂਦੇ ਆ, ਕੜੰਬ ਚੌਧਰੀ, ਉਹ ਬੱਸਾਂ ਨੂੰ ਸਾੜ ਕੇ ਰੇਲਾਂ ਨੂੰ ਸਾੜ ਕੇ ਬੜੇ ਖੁਸ਼ ਹਾਂ। ਫਿਰ ਜੇ ਆਪਣੀ ਮਾਨਸਿਕਤਾ ਹੀ ਇੱਥੇ ਸਟੈਂਡ ਕਰਦੀ ਪਈ ਹੈ ਤਾਂ ਇਹ ਮੈਨੂੰ ਯਾਦ ਹੈ ਇੱਕ ਵਾਰੀ ਨਾ ਬਾਈ ਚਾਂਸ ਅਸੀਂ ਆਹ ਜਿਹੜੀਆਂ ਕੋਆਪਰੇਟਿਵ ਸੁਸਾਇਟੀਜ਼ ਹੁੰਦੀਆਂ ਨੇ ਪਿੰਡਾਂ 'ਚ, ਤਾਂ ਉੱਥੇ ਅਸੀਂ ਮੈਂ ਕਾਲੂ ਮਾਜਰੇ ਪੋਸਟਰ ਸੀ ਪਿੰਡ ਦੇ ਵਿੱਚ ਕੈਂਪ ਲਾਇਆ ਮੈਡੀਕਲ ਕੈਂਪ, ਉਹ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਯਾਰ ਇਹ ਟੁੱਟਾ ਜਾ ਕਿਉਂ ਪਿਆ ਸਾਰਾ ਕੁਛ, ਕੋਆਪਰੇਟਿਵ ਸੁਸਾਇਟੀ ਤਾਂ ਇੱਕ ਐਸੀ ਚੀਜ਼ ਹੁੰਦੀ ਹੈ ਜਿੱਥੇ ਪਿੰਡਾਂ ਵਾਲਿਆਂ ਸਾਰਿਆਂ ਨੇ ਬਣਾਉਣੀ। ਉਹ ਕਹਿੰਦਾ ਜੀ ਜੇ ਸਵੇਰ ਨੂੰ ਬਲਬ ਲਾ ਕੇ ਜਾਓ ਤਾਂ ਸ਼ਾਮ ਨੂੰ ਤੋੜ ਦਿੰਦੇ, ਸ਼ਾਮ ਨੂੰ ਲਾ ਕੇ ਜਾਓ ਤਾਂ ਸਵੇਰ ਨੂੰ ਤੋੜ ਦਿੰਦੇ। ਬਸ ਮੈਂ ਇੱਥੇ ਤੱਕ ਤੁਸੀਂ ਦੇਖਿਆ ਕਿ ਜਿਹੜੀਆਂ ਜਿਹੜੇ ਲੋਕ ਸਕੂਲ ਹਸਪਤਾਲਾਂ ਦੇ ਵਿੱਚ ਚੋਰੀ ਕਰਦੇ ਨੇ, ਗੁਰਦੁਆਰੇ ਮੰਦਰਾਂ 'ਚ ਚੋਰੀ ਕਰਦੇ ਨੇ, ਉਹਨਾਂ ਦੀ ਕੀ ਮਾਨਸਿਕਤਾ ਹੈ। ਔਰ ਫਿਰ ਜਿਹੜੀ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਹੈਗੀ ਹੈ ਜਾਂ ਜਿਹੜੇ ਲੋਕ ਆਪਣੇ ਆਪ ਨੂੰ ਸੋਸ਼ਲ ਵੈਲਫੇਅਰ ਦੀ ਗੱਲ ਕਰਦੇ ਆ, ਤੁਸੀਂ ਮੀਡੀਆ 'ਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇਖ ਲਓ, ਪੋਲਸੀ ਮੈਟਰ ਦੀ ਤਾਂ ਕਦੀ ਗੱਲ ਨਹੀਂ ਹੋਈ। ਚਲੋ, ਨਹੀਂ ਹੋਈ, ਠੀਕ ਹੈ। ਤੁਸੀਂ ਕਦੀ ਡਿਬੇਟ ਦੀ ਗੱਲ, ਮੈਂ ਡਿਬੇਟਸ ਜਦੋਂ ਆਉਂਦੇ ਪੋਲੀਟੀਕਲ ਬੰਦੇ ਜਦੋਂ ਡਿਬੇਟ, ਮੈਂ ਪ੍ਰੋਫੈਸ਼ਨਲ ਬੰਦਿਆਂ ਦੀ ਗੱਲ, ਇੱਧਰ ਉੱਧਰ ਚਲੇ ਜਾਂਦੇ ਨੇ, ਉਹ ਤਾਂ ਹੈ ਕਿ ਉਹ ਜਾਂਦੇ ਹੀ ਇੱਧਰ ਉੱਧਰ ਹੁੰਦੇ, ਲਾਈਨ 'ਤੇ ਤਾਂ ਚੜ੍ਹਦਾ ਨਹੀਂ ਪਿਆ ਕੋਈ ਵੀ। ਮੈਂ ਪਿਛਲੇ ਕੁਛ ਦਿਨਾਂ ਤੋਂ ਤੁਸੀਂ ਮੇਰੇ ਨਾਲ ਸੋਸ਼ਲ ਮੀਡੀਆ 'ਚ ਕਨੈਕਟਡ ਹੀ ਹੋ ਤਾਂ ਮੈਂ ਕਾਫੀ ਦਿਨ ਹੋ ਗਏ ਮੈਨੂੰ ਵਾਰ ਵਾਰ ਲਿਖਦਿਆਂ ਨੂੰ ਇਹੀ ਗੱਲ ਕਿ ਮੈਂ ਤਾਂ ਈਵਨ ਪ੍ਰਧਾਨ ਮੰਤਰੀ ਜੀ ਨੂੰ ਵੀ ਮੇਰੇ ਕੋਲ ਇੱਕ ਜਿਹੜਾ ਮੈਂ ਕੱਲ੍ਹ ਹੀ ਆਪਾਂ ਪੋਸਟ ਕਰੂੰਗਾ ਤਾਂ ਉਹਦੇ 'ਚ ਇਹੀ ਹੈ ਕਿ ਪ੍ਰਧਾਨ ਮੰਤਰੀ ਜੀ ਮੈਂ ਥੋੜ੍ਹੀ ਜਿਹੀ ਹਿੰਮਤ ਕਰ ਲਓ, ਅਤੇ ਬਾਹਰਲੇ ਦੇਸ਼ਾਂ ਨੇ ਜਦੋਂ ਉਹ ਡਿਵੈਲਪ ਹੋਏ ਆ ਨਾ, ਉਸ ਤੋਂ ਪਹਿਲਾਂ ਉਹਨਾਂ ਦੀ ਵੀ ਮਾਨਸਿਕਤਾ ਇੱਦਾਂ ਦੀ ਸੀਗੀ। ਜੇ ਤੁਹਾਨੂੰ ਕਦੀ ਯਾਦ ਹੋਵੇ ਤਾਂ ਚਰਚ ਆਫ ਰੋਮ ਨੇ ਉਹਨਾਂ ਲੋਕਾਂ ਨੂੰ ਗਲੀਆਂ 'ਚ ਸਾੜਿਆ ਸੀਗਾ ਜਿਨ੍ਹਾਂ ਨੇ ਕਿਹਾ ਸੀਗਾ ਕਿ ਧਰਤੀ ਜਿਹੜੀ ਹੈਗੀ ਆ ਸੂਰਜ ਦੇ ਦੁਆਲੇ ਘੁੰਮਦੀ ਹੈ, ਅਤੇ ਅੱਜ ਉਹਨਾਂ ਨੇ ਸੱਚ ਰਿਲਾਈਜ਼ ਕਰ ਲਿਆ। ਜਦੋਂ ਉਹਨਾਂ ਨੇ ਸੱਚ ਰਿਲਾਈਜ਼ ਕਰ ਲਿਆ ਉਦੋਂ ਉਹਨਾਂ ਨੇ ਚਰਚ ਨੂੰ ਛੱਡ ਕੇ ਅਤੇ ਸਕੂਲ ਹਸਪਤਾਲ ਸੜਕਾਂ ਬਣਾਈਆਂ ਨੇ, ਅਤੇ ਤੁਸੀਂ ਵੀ ਧਰਮ ਵਾਲਾ ਮੁੱਦਾ ਜਿਹੜਾ ਛੱਡ ਦਿਓ, ਅਤੇ ਜੇ ਤੁਹਾਡੇ ਕੋਲ ਇੰਨੀ ਕੁ ਹਿੰਮਤ ਹੈਗੀ ਹੈ ਤਾਂ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਬੈਠ ਜਾਓ, ਅਤੇ ਜਿੰਨੇ ਪੈਸੇ ਗੁਰਦੁਆਰੇ ਮੰਦਰ ਮਸੀਤਾਂ ਦੇ ਵਿੱਚ ਪਏ ਹੋਏ ਆ ਉਹਨਾਂ ਸਾਰਿਆਂ ਨੂੰ ਕੱਢ ਕੇ ਅਤੇ ਸਕੂਲਾਂ ਹਸਪਤਾਲਾਂ 'ਚ ਲਾ ਦਿਓ। ਜੇ ਪ੍ਰਧਾਨ, ਮੈਂ ਤੁਹਾਡੀ ਤੁਹਾਡੇ ਸਾਹਮਣੇ ਲਾਈਨ ਸੁਣ ਕੇ ਤੁਹਾਡੇ ਸਾਹਮਣੇ ਕਹਿ ਰਿਹਾ ਕਿ ਜੇ ਹਿੰਮਤ ਹੈਗੀ ਹੈ ਤਾਂ ਕਰਕੇ ਦਿਖਾ ਦਿਓ। ਮੈਂ ਤਾਂ ਦੇਖੋ ਮੈਂ ਤਾਂ ਲਿਖ ਹੀ ਦੇਣਾ, ਮੈਂ ਤਾਂ ਮੀਡੀਆ ਨੂੰ ਕਹਿੰਦਾ ਉਹਨਾਂ ਦੇਖੋ ਮੈਂ ਤਾਂ ਲਿਖ ਹੀ ਦੇਣਾ, ਮੇਰੇ ਤਾਂ ਹੱਥ ਬਾਉਂਡਡ ਨਹੀਂ ਹੈ ਅਤੇ ਮੇਰੇ ਕੋਲ ਤਾਂ ਸਬੂਤ ਵੀ ਹੈਗੇ ਸਾਰੇ। ਲੇਕਿਨ ਅਗਰ ਮੀਡੀਆ ਜਿਹੜਾ ਹੈਗਾ ਉਹ ਜਿਵੇਂ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਕਿ ਪਾਣੀ ਦਾ ਨੱਕਾ ਜਿੱਧਰਲੇ ਪਾਸੇ ਰੋਡ ਵੱਢਦੇ ਉੱਧਰ ਨੂੰ ਤੁਰਨ ਲੱਗ ਜਾਂਦਾ,
ਤੇ ਜੇ ਪਹਿਲਾਂ ਝੂਠ ਵਾਲੇ ਪਾਸੇ ਤੁਰਿਆ ਸੀ ਹੁਣ ਸੱਚ ਵਾਲੇ ਪਾਸੇ ਤੁਰ ਦਿਓ। ਅੱਜ ਵੀ ਸਟੋਰੀ ਇੱਥੇ ਹੀ ਹੈ ਜਿਹੜੇ, ਮੈਂ ਨਹੀਂ ਕਹਿੰਦਾ ਕਿਸੇ ਨੂੰ ਕਿ ਤੁਸੀਂ ਧਰਮ ਨਾ ਕਰੋ, ਜੋ ਕਿਸੇ ਦਾ ਮਨ ਕਰਦਾ ਕਰੋ। ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਜਿਹੜੇ ਉੱਥੇ ਪੈਸੇ ਇਕੱਠੇ ਹੋਏ ਪਏ ਆ, ਦੱਬੇ ਪਏ ਆ ਕਰੋੜਾਂ ਅਰਬਾਂ, ਉਹ ਕੱਢ ਕੇ ਸਕੂਲ ਅਤੇ ਹਸਪਤਾਲਾਂ 'ਚ ਲਾ ਦਿਓ, ਤੁਸੀਂ ਸੌਖੇ ਹੋ ਜਾਓਗੇ। ਇੰਨੇ ਜ਼ਿਆਦਾ ਟੈਕਸ ਟੁਕਸ ਦੀ ਜ਼ਰੂਰਤ ਨਹੀਂ ਪੈਣੀ ਫਿਰ ਕੁਛ ਵੀ। ਨਾਲੇ ਤੁਸੀਂ ਇੱਕ ਪਾਸੇ ਜਿਹੜਾ ਤੁਸੀਂ ਕਹਿੰਦੇ ਹੋ ਵੀ ਸੈਕੂਲਰ ਕੰਟਰੀ ਹੈਗਾ, ਉਹ ਪਤਾ ਲੱਗ ਜੂਗਾ ਵੀ ਕੌਣ ਕੌਣ ਸੈਕੂਲਰ ਹੈ ਅਤੇ ਕੌਣ ਕੌਣ ਸੈਕੂਲਰ ਨਹੀਂ ਹੈ। ਤੁਸੀਂ ਦੇਖੋ ਇਹ ਚੋਣਾਂ ਹੁਣ ਹੋ ਕੇ ਹਟੀਆਂ ਨੇ, ਕਿਸੇ ਨੇ ਇਹਨਾਂ ਦੇ ਵਿੱਚੋਂ ਸਕੂਲ ਔਰ ਹਸਪਤਾਲ ਦੀ ਗੱਲ ਕੀਤੀ ਹੈ? ਕਿਸੇ ਨੇ ਨਹੀਂ, ਛੇੜਦਾ ਹੀ ਨਹੀਂ ਹੈ। ਆਹੀ ਕਹਿ ਰਿਹਾ ਮੈਂ ਬਾਰ ਬਾਰ ਕਹਾਂਗਾ ਹੁਣ, ਹਰ ਮੀਡੀਆ ਦੇ ਸਾਹਮਣੇ ਕਰੂੰਗਾ, ਕੋਈ ਉਸ ਨੂੰ ਪਬਲਿਸ਼ ਕਰੇ ਜਾਂ ਨਾ ਕਰੇ, ਨਹੀਂ ਨਹੀਂ ਬਿਲਕੁਲ ਕਰੇ। ਹਾਂ, ਕਿ ਇਹ ਇਸੇ ਕਰਕੇ ਮੈਨੇ ਇਹ ਲੇਟੈਸਟ ਜਿਹੜਾ ਹੈਗਾ ਉਹ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਇਹੀ ਰਿਕੁਐਸਟ ਕੀਤੀ ਹੈ ਕਿ ਅਗਰ ਤਨਖਾਹ ਲਾਣੀ ਹੈ ਤਾਂ ਸਕੂਲ ਹਸਪਤਾਲ ਦੀ ਲਾ ਦਿਓ ਇਹਨਾਂ ਨੂੰ। ਭਾਂਡੇ ਮਾਂਜਣ ਦਾ ਕੋਈ ਫਰਕ ਨਹੀਂ, ਭਾਂਡੇ ਮੈਂ ਮਾਂਜਾਂਗਾ, ਜਿਹਦੇ ਮਾਂਜਣੇ ਹੋਏ ਕੋਈ ਪ੍ਰੋਬਲਮ ਨਹੀਂ ਹੈ ਕਿਸੇ ਨੂੰ ਭਾਂਡੇ ਮਾਂਜਣ 'ਚ। ਗੁਰਦੁਆਰੇ ਮੰਦਰ ਮਸੀਤ ਦੇ ਵਿੱਚ ਜਾ ਕੇ ਸੇਵਾ ਕਰਨ 'ਚ ਕਿਸੇ ਬੰਦੇ ਨੂੰ ਕੀ ਮੁਸ਼ਕਿਲ ਹੈ? ਹਰ ਇੱਕ ਬੰਦਾ ਕਰ ਸਕਦਾ, ਪਰ ਇਹਨਾਂ ਨੂੰ ਜੁਰਮਾਨਾ ਜਿਹੜਾ ਤਨਖਾਹ ਲਾਉਣੀ ਹੈ ਤਾਂ ਉਹ ਲਗਾ ਦਿਓ ਸਕੂਲ ਔਰ ਹਸਪਤਾਲ ਦੀ। ਸੋ ਇਹ ਤਾਂ ਆਪਾਂ ਨੂੰ ਪ੍ਰਮੋਟ ਕਰਨਾ ਹੀ ਪਏਗਾ ਵਿੱਚ। ਜੀ ਜੀ ਜੀ, ਬਿਲਕੁਲ ਸਹੀ ਚੀਜ਼ ਸੀਗੀ ਇਹ। ਅੱਛਾ, ਆਪਾਂ ਤੁਸੀਂ ਕਿਹਾ ਕਿ ਜਿਹੜਾ ਡਾਕਟਰਸ ਨੇ ਔਰ ਹੈਲਥ ਨੂੰ ਲੈ ਕੇ ਕਿਹਾ ਕਿ ਉਹਦੇ ਵਿੱਚ ਮੈਂਟਲ ਹੈਲਥ ਵੀ ਆਉਂਦੀ ਹੈ, ਸਪਿਰਚੁਅਲ ਵੀ ਆਉਂਦੀ ਹੈ, ਹੈ ਨਾ? ਅਤੇ ਲੋਕਾਂ ਦੀ ਜਿਹੜੀ ਮੈਂਟਲ ਹੈਲਥ ਹੈ, ਕੁਛ ਪੁਰਾਣੇ ਲੋਕ ਨੇ ਜਿਹੜੇ ਜਾਂ ਫਿਰ ਕੁਛ ਨਵੇਂ ਯੂਥ ਵੀ ਲਗਾ ਲਓ, ਕਿਸੇ ਨੇ ਕਿਸੇ ਦੇ ਨਾਲ ਵਿਆਹ ਕਰਵਾ ਲਿਆ ਹੈਗਾ, ਸੋਸ਼ਲ ਮੁੱਦਾ ਹੀ ਹੈ, ਚਲੋ ਕਿਸੇ ਨੇ ਕਿਸੇ ਨਾਲ ਵਿਆਹ ਕਰਵਾ ਲਿਆ, ਕੋਈ ਕੁੜੀ ਬਾਹਰ ਰਹੀ ਆਈ, ਤਾਂ ਉਹਦੇ ਪਿਓ ਨੇ ਹੀ ਆਪਣੀ ਕੁੜੀ ਨੂੰ ਬਾਈਕ ਦੇ ਪਿੱਛੇ ਘੜੀਸਿਆ, ਜਿਵੇਂ ਆਪਣੇ ਹੀ ਭੈਣ ਭਰਾਵਾਂ ਨੂੰ ਮਾਰ ਰਹੇ ਨੇ, ਆਪਣੇ ਹੀ ਪਿਓ ਨੂੰ ਮਾਰ ਰਹੇ ਨੇ। ਮਤਲਬ ਇਹ ਮਾਨਸਿਕਤਾ ਲੋਕਾਂ ਦੀ ਐਵੇਂ ਕਿਉਂ ਹੁੰਦੀ ਜਾ ਰਹੀ ਹੈ, ਇਹਨੂੰ ਕਿਵੇਂ ਠੀਕ ਕੀਤਾ ਜਾ ਸਕਦਾ? ਇਹ ਮਾਨਸਿਕਤਾ ਡਾਕਟਰਸ ਦੇ ਤੌਰ ਤੇ ਜੇ ਤੁਸੀਂ ਸਮਝਾਉਣਾ, ਅੱਜ ਅੱਜ ਦੀ ਇਹ ਮਾਨਸਿਕਤਾ ਅੱਜ ਦੀ ਨਹੀਂ ਹੈ, ਇਹ ਵੀ ਇਹ ਮਾਨਸਿਕਤਾ ਉਦੋਂ ਦੀ ਹੈ ਜਦੋਂ ਤੁਸੀਂ ਆਪਣੇ ਡਰਾਇੰਗ ਰੂਮਾਂ ਦੇ ਵਿੱਚ ਸੋਨੀ ਮਹੀਵਾਲ ਦੀਆਂ ਫੋਟੋਆਂ ਲਾਉਂਦੇ ਹੋ, ਹੀਰ ਰਾਂਝੇ ਦੀਆਂ ਫੋਟੋਆਂ ਲਾਉਂਦੇ, ਮਿਰਜ਼ਾ ਸਾਹਿਬਾਂ ਦੀਆਂ ਫੋਟੋਆਂ ਲਾਉਂਦੇ ਹੋ, ਅਤੇ ਭਰੂਣ ਹੱਤਿਆ ਕਿਉਂ ਕਰਦੇ ਨੇ? ਅਤੇ ਭਰੂਣ ਹੱਤਿਆ ਦੀ ਤਾਂ ਵਰਡ ਹੁਣ 1995 ਤੋਂ ਬਾਅਦ ਜਿਹੜਾ ਹੈਗਾ ਸ਼ੁਰੂ ਹੋਇਆ, ਜਦੋਂ PNDTT ਐਕਟ ਹੈਗਾ, ਉਹ ਤੋਂ ਪਹਿਲਾਂ ਫੀਮੇਲ ਇਨਫੈਂਟੀਸਾਈਡ ਸੀਗਾ, ਇਹ ਤਾਂ ਸਦੀਆਂ ਸਦੀਆਂ ਤੋਂ ਮਾਰਦੇ ਆਏ ਹਾਂ। ਇਹ ਦੋਗਲਾਪਣ ਹੈ ਸਮਾਜ ਦਾ, ਆਪਣੀ ਬੇਟੀ ਜਿਹੜੀ ਹੈਗੀ ਹੈ ਉਹਨੂੰ ਘਰੋਂ ਬਾਹਰ ਨਹੀਂ ਕੱਢਣਾ ਅਤੇ ਦੂਜੀ ਦੀ ਬੇਟੀ ਦੇ ਨਾਲ ਬਲਾਤਕਾਰ ਕਰਨਾ ਹੈ, ਇਹ ਮਾਨਸਿਕਤਾ ਹੈਗੀ ਹੈ। ਫੋਟੋ ਤੁਸੀਂ ਸਜਾਣੀ ਹੈ ਸੋਨੀ ਮਹੀਵਾਲ ਦੀ ਘਰ 'ਚ, ਅਤੇ ਆਪਣੀ ਬੇਟੀ ਜਿਹੜੀ ਉਹਨੂੰ ਜੰਮਣ ਨਹੀਂ ਦੇਣੀ। ਇਹ ਮਾਨਸਿਕਤਾ ਹੈਗੀ ਹੈ, ਇਹੀ ਜਿਹੜੀ ਸੋਸ਼ਲ ਲੈਕ ਆਫ ਸੋਸ਼ਲ ਐਜੂਕੇਸ਼ਨ ਹੈ ਡੇ ਵਨ ਤੋਂ ਹੈ। ਔਰ ਦੂਸਰਾ ਉਹਦੇ 'ਚ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਇਹ ਜਿਹੜੀ ਓਨਰ ਕਿਲਿੰਗ ਹੁੰਦੀ ਹੈ, ਇਹ ਜਿਹੜੀ ਸੋ ਕਾਲਡ ਆਪਣੇ ਆਪ ਨੂੰ ਜਾਤੀਆਂ 'ਚ ਵੰਡ ਕੇ ਅਤੇ ਫਿਰ ਆਪਣੇ ਆਪ ਨੂੰ ਅਪਰ ਸ਼ੋ ਕਰਨਾ, ਅਤੇ ਫਿਰ ਉਹ ਕਹਿਣਾ ਜੀ ਮੇਰੀ ਤਾਂ ਇਹ ਇੱਜ਼ਤ ਹੈ ਜੀ, ਜੇ ਦੂਸਰਾ ਕੋਈ ਹੈਗਾ ਤਾਂ ਉਹਦੀ ਧੀ ਭੈਣ ਦੀ ਕੋਈ ਇੱਜ਼ਤ ਨਹੀਂ ਹੈ, ਤੇਰੀ ਧੀ ਭੈਣ ਹੋਵੇ ਤਾਂ ਉਹਦੀ ਬਹੁਤ ਜ਼ਿਆਦਾ ਇੱਜ਼ਤ ਹੈ। ਇਹ ਲੋਕਾਂ ਦੀ ਮਾਨਸਿਕਤਾ ਹੈਗੀ ਹੈ, ਇਹ ਜਿਹੜਾ ਆਪਾਂ ਫਿਊਡਲ ਕਰੈਕਟਰ ਦੀ ਗੱਲ ਕਰਦੇ ਹਾਂ ਉਹ ਕਰੈਕਟਰ ਹੈ, ਰਾਜਾਸ਼ਾਹੀ ਕਰੈਕਟਰ ਜਿਹੜਾ ਹੈਗਾ ਵਿੱਚ, ਜਿਹੜਾ ਇੱਕ ਵਾਰੀ ਡੋਮੀਨੇਟ ਹੋ ਗਿਆ ਉਹ ਡੋਮੀਨੇਟ ਹੋਣ ਦੀ ਕੋਸ਼ਿਸ਼ ਕਰੀ ਜਾ ਰਿਹਾ, ਦੂਜੇ ਨੂੰ ਹੋਰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ। ਸੋ ਇਹ ਮਾਨਸਿਕਤਾ, ਲੈਕ ਆਫ ਸੋਸ਼ਲ ਐਜੂਕੇਸ਼ਨ ਐਜ਼ ਵੈਲ ਐਜ਼ ਉਹ ਜਿਹੜਾ ਫਿਊਡਲ ਕਰੈਕਟਰ ਤੁਹਾਡੇ ਦਿਮਾਗ ਦੇ ਵਿੱਚ ਫਸਿਆ ਹੋਇਆ। ਸੋ ਫੋਰਨ ਬਾਰੇ ਮੈਂ ਕਿਉਂਕਿ ਮੈਂ ਕੋਈ ਹਿਸਟੋਰੀਅਨ ਤਾਂ ਨਹੀਂ, ਲੇਕਿਨ ਜੋ ਪੰਜਾਬ ਬਾਰੇ, ਇਹ ਪੰਜਾਬ ਕਹਿ ਲਓ ਆਪਣਾ ਇੰਡੀਆ ਬਾਰੇ ਆਪਾਂ ਦੇਖਦੇ ਹਾਂ, ਛੋਟੇ ਛੋਟੇ ਰਾਜ ਸੀਗੇ ਉਹੀ ਰਾਜੇ ਰਾਜ ਕਰਦੇ ਰਹੇ। ਤੁਸੀਂ, ਮੈਂ ਇੱਕ ਵਾਰੀ ਕਈ ਵੀ ਐਗਜ਼ਾਮਪਲ ਦਿੱਤੀ ਹੈ, ਤੁਸੀਂ ਰਾਜਸਥਾਨ ਚਲੇ ਜਾਓ, ਵੈਸੇ ਤਾਂ ਹੋਰ ਸਟੇਟ 'ਚ ਵੀ ਜਾਓ, ਆਹ ਜਿਹੜੇ ਕਿਲੇ ਜਿੰਨੇ ਬਣੇ ਹੋਏ ਆ ਉੱਥੋਂ ਦੇਖ ਕੇ ਲੱਗਦਾ ਕਿ ਇਹ ਰਾਜੇ ਮਹਾਰਾਜੇ ਤਾਂ ਸਿਰਫ ਆਪਣੇ ਆਪ ਨੂੰ ਪਾਲਦੇ ਸੀ, ਇਹਨਾਂ ਨੇ ਲੋਕਾਂ ਨੂੰ ਤਾਂ ਪਾਲਣ ਨਹੀਂ ਦਿੱਤਾ ਹੋਇਆ ਕਿਸੇ ਪਾਸੇ। ਤੁਸੀਂ ਰਾਜੇ ਮਹਾਰਾਜਿਆਂ ਦੀ ਗੱਲ ਕੀਤੀ ਹੈ, ਤੁਸੀਂ ਕਿਤੇ ਵੀ ਕੱਢ ਕੇ ਦੇਖ ਲਓ, ਈਵਨ ਜਿਹੜੇ ਰਿਲੀਜੀਅਸ ਲੀਡਰਸ ਵੀ ਹੋਏ ਆ ਉਹ ਰਾਜੇ ਰਾਣੀਆਂ ਰੱਖ ਸਕਦੇ ਹੈ, ਆਮ ਬੰਦੇ ਨੂੰ ਜਿਹੜਾ ਹੈਗਾ ਉਹ ਰਾਜੇ ਰਾਣੀ ਨੇ, ਆਹ ਤੁਹਾਡੇ ਸਾਹਮਣੇ ਹੁਣ ਰਾਜਾ ਜਿਹੜਾ ਹੈਗਾ ਸਾਹਮਣੇ ਰੱਖੀ ਫਿਰਦਾ ਸੀ ਸਾਰਿਆਂ ਦੇ ਜੀ, ਉਦੋਂ ਤਾਂ ਕਿਸੇ ਨੇ ਕੁਛ ਨਹੀਂ ਬੋਲਿਆ।
ਜਿਹੜਾ ਔਟਮਲਦਾਨੀ ਦੀਆਂ ਦੋ ਵਾਈਫਸ ਹੁਣ ਤਾਂ ਫਿਰ ਉਹਨੂੰ ਉਹਨੂੰ ਕੁਝ ਤਿੰਨੂੰ ਇਲੈਕਸ਼ਨ ਨਹੀਂ ਲੜਦਾ ਨਹੀਂ, ਰਾਜਾ ਜਿਹੜਾ ਹੈ ਉਹ ਜਿੰਨੀ ਮਰਜ਼ੀ ਆਪਣੇ ਘਰ ਰੱਖੀ ਜਾਵੇ। ਆ ਤੁਹਾਡੇ ਸਾਹਮਣੇ ਹੀ ਹੈ, ਇਹਦੇ 'ਚ ਸ਼ੱਕ ਕੀ ਹੈ ਹੁਣ? ਆ ਦੂਸਰਾ ਵੀ ਜੋ ਕੁਛ ਹੋਇਆ, ਜਿਹੜਾ ਹੁਣ ਵਾਲਾ ਵੀ ਰਾਜਾ ਬਣਿਆ ਹੋਇਆ, ਇਹਦਾ ਵੀ ਦੇਖ ਲਓ ਤੁਸੀਂ, ਭਾਵੇਂ ਉਹਨਾਂ ਦੀ ਪਰਸਨਲ ਲਾਈਫ ਹੈ ਲੇਕਿਨ ਜਦੋਂ ਡਿਸਕਸ਼ਨ 'ਚ ਆਉਣੀ ਹੈ ਪਬਲਿਕ ਵਿੱਚ ਉਦੋਂ ਤਾਂ ਡਿਸਕਸ਼ਨ 'ਚ ਆਉਣਾ ਹੀ ਆਉਣਾ। ਮੈਂ ਰਾਜੇ ਮਹਾਰਾਜਿਆਂ ਦੀ ਗੱਲ ਕੀਤੀ ਹੈ, ਮੈਨੇ ਸਾਰੇ ਧਾਰਮਿਕ ਲੀਡਰਾਂ ਦੀ ਗੱਲ ਕੀਤੀ ਹੈ ਜਿਹੜੇ ਸ਼ੁਰੂ ਤੋਂ ਹੋਏ ਆ, ਹੁਣ ਉਹਨਾਂ ਨੂੰ ਮਲਟੀਪਲ ਲੇਡੀਜ਼ ਕਿਉਂ ਅਲਾਊਡ ਸੀਗੀਆਂ? ਆਮ ਬੰਦੇ ਨੂੰ ਕਿਉਂ ਨਹੀਂ ਅਲਾਊਡ ਹੈਗਾ? ਆਮ ਬੰਦੇ ਨੂੰ ਤੁਸੀਂ ਫਾਂਸੀ ਲਾਉਂਦੇ ਹੋ ਤਾਂ ਉਹਨਾਂ ਨੂੰ ਤੁਸੀਂ ਪੁੱਛਦੇ ਹੋ? ਆਹੀ ਸਟੋਰੀ ਹੈ, ਆਹੀ ਮਾਨਸਿਕਤਾ ਸਾਡੀ? ਬਿਲਕੁਲ, ਕਿੰਨਾ ਡਬਲ ਸਟੈਂਡਰਡ ਜਿਹਾ ਰੱਖਿਆ ਹੋਇਆ ਆਪਾਂ ਇੱਕੋ ਚੀਜ਼ ਨੂੰ ਲੈ ਕੇ। ਹਾਂ ਬਈ, ਉਹੀ ਲੋਕ ਨੇ ਜਿਹੜੇ ਜਾ ਕੇ ਮੱਥਾ ਵੀ ਟੇਕਦੇ ਨੇ, ਹੈ ਨਾ, ਉਹੀ ਕਹਿੰਦੇ ਨੇ, ਅਤੇ ਆਪ ਜਦੋਂ ਇਹੋ ਜਿਹਾ ਕੁਛ ਹੋਵੇ ਤਾਂ ਆਪਣੀ ਬੇਟੀ ਉਹਨਾਂ ਦੀ ਬੇਟੀ ਹੈ। ਹਾਂਜੀ, ਹਾਂ। ਸੋ ਜਿਹੜਾ ਫਿਰ ਹੋਰ ਜ਼ਿਆਦਾ ਐਕਸਟੈਂਸ਼ਨ ਹੋ ਜਾਣੀ ਉਸ ਗੱਲ ਦੀ, ਲੇਕਿਨ ਤੁਸੀਂ ਇਸ ਨੂੰ ਸਾਰੇ ਸਿਸਟਮ ਨੂੰ ਵਿਚਾਰ ਕੇ ਤਾਂ ਦੇਖੋ, ਇਹ ਤਾਂ ਦੁਗਲਾ ਪਾਣੀ ਹੈ, ਡੇ ਵਨ ਤੋਂ ਹੀ ਹੈ। ਇਸ ਕਰਕੇ ਇਹਦਾ ਮਤਲਬ ਫਿਰ ਰਜਨੀਸ਼ ਠੀਕ ਹੀ ਕਹਿੰਦਾ ਹੁੰਦਾ ਸੀ? ਪੜ੍ਹਦੇ ਹੋ ਤੁਸੀਂ ਕਾਫੀ? ਨਹੀਂ, ਮੈਂ ਪੜ੍ਹਦਾ ਨਹੀਂ, ਮੈਨੂੰ ਤਾਂ ਐਕਚੁਲੀ ਮੈਨੂੰ ਬਹੁਤਾ ਪੜ੍ਹਨ ਦਾ ਸ਼ੌਂਕ ਨਹੀਂ, ਮੈਨੂੰ ਜ਼ਿਆਦਾ ਲਿਖਣ ਦਾ ਸ਼ੌਂਕ ਹੈ। ਪਰ ਮੇਰੇ ਸਾਹਮਣੇ ਜਿਹੜਾ ਇੱਕ ਵਰਡ ਆ ਗਿਆ, ਜਿਸ ਵਰਡ ਦੀ ਮੈਨੂੰ ਸਮਝ ਨਾ ਲੱਗੀ, ਉਹਦੇ ਬਾਰੇ ਮੈਂ ਜ਼ਰੂਰ ਭੋਗ ਵਿਚਾਰ ਕਰਦਾ ਹਾਂ। ਇਹ ਮੇਰੀ ਡੇ ਵਨ ਤੋਂ ਜਦੋਂ ਦਾ ਮੈਂ ਸਕੂਲ ਕਾਲਜ ਪੜ੍ਹਦਾ ਸੀਗਾ, ਨਾਲੇ ਮੈਂ ਜਦੋਂ ਵੀ ਕਿਤੇ ਲਿਖਦਾ ਮੈਂ ਉਹਨੂੰ ਆਪਣੇ ਵਰਡ 'ਚ ਲਿਖਦਾ, ਮੈਨੇ ਕਦੀ ਵੀ ਉਹਨੂੰ ਕਿਤਾਬੀ ਦੇ ਕਿਤਾਬ ਦੇ ਫਾਰਮ ਵਿੱਚ ਲਿਖ ਕੇ। ਹਾਂ, ਮੈਂ ਜਦੋਂ ਸਕੂਲ ਕਾਲਜ ਦੇ ਵਿੱਚ ਆਪਣਾ ਐਗਜ਼ਾਮ ਵੀ ਸਾਰਾ ਦੇ ਕੇ ਆਉਂਦਾ ਸੀ, ਉਹ ਮੇਰੇ ਆਪਣੇ ਵਰਡ 'ਚ ਹੀ ਹੁੰਦੇ ਸੀਗੇ, ਮੈਨੇ ਕਦੀ ਉਸ ਨੂੰ ਉਸ ਹਿਸਾਬ ਨਾਲ ਨਹੀਂ, ਕਿਉਂਕਿ ਮੈਨੂੰ ਇਹ ਹੈਗਾ ਕਿ ਜੇ ਮੈਂ ਕੋਈ ਵਰਡ ਲਿਖਿਆ ਤਾਂ ਉਹਦਾ ਮੈਨੂੰ ਪਤਾ ਹੋਣਾ ਚਾਹੀਦਾ ਕਿ ਮੈਨੇ ਕੀ ਲਿਖਿਆ। ਮੈਂ ਨਕਲ ਮਾਰ ਕੇ ਨਹੀਂ ਲਿਖਿਆ। ਮੈਨੂੰ ਕਈ ਸਾਰੇ ਲੋਕ ਕਹਿੰਦੇ ਆ, ਡਾਟ ਮੁਲਤਾਨੀ ਤੂੰ ਅੱਜ ਤੋਂ 25 ਸਾਲ ਪਹਿਲਾਂ ਵੀ ਇੱਦਾਂ ਹੀ ਬੋਲਦਾ ਸੀਗਾ, ਤੂੰ ਮੈਂ ਕਿਹਾ ਯਾਰ ਜਦੋਂ ਆਪਾਂ ਕਲੀਅਰ ਹੀ ਹੈਗੇ ਹਾਂ, ਚਾਹੇ ਉਹ ਮੈਂ ਸੱਚ ਬੋਲਿਆ ਸੀ ਚਾਹੇ ਮੈਂ ਝੂਠ ਬੋਲਿਆ ਸੀਗਾ, ਲੇਕਿਨ ਮੇਰੀ ਪਰਸੈਪਸ਼ਨ ਇਹੀ ਸੀਗੀ, ਤਾਂ ਮੇਰੇ ਕੋਲ ਜਦੋਂ ਤੱਕ ਮੈਂ ਜਿਉਂਦਾ ਮੇਰੇ ਕੋਲ ਜੋ ਤੁਸੀਂ ਪੁੱਛੋਗੇ ਮੈਨੇ ਉਹੀ ਫੋਰਮ ਬੋਲਣਾ, ਕਿਉਂਕਿ ਮੈਂ ਕਿਸੇ ਦੇ ਸਟ੍ਰੈਸ ਥੱਲੇ ਤਾਂ ਬੋਲਿਆ ਹੀ ਨਹੀਂ ਹੋਇਆ ਜੀ। ਮੈਂ ਤਾਂ ਉਸ ਨੂੰ ਪੜ੍ਹਿਆ ਅਤੇ ਵਿਚਾਰਿਆ, ਜੋ ਮੇਰੇ ਦਿਮਾਗ 'ਚ ਬੈਠ ਗਿਆ ਉਹ ਬੈਠਾ ਹੋਇਆ। ਜੋ ਇਹ ਮੇਰੀਆਂ ਸਾਰੀਆਂ ਗੱਲਾਂ ਜਿਹੜੀਆਂ ਮੇਰੇ ਪੇਰੈਂਟਸ ਵੀ ਕਹਿੰਦੇ ਹੁੰਦੇ ਸੀਗੇ, ਜੋ ਮੈਂ ਉਹ ਪਹਿਲੀ ਕਲਾਸ 'ਚ ਕਰਦਾ ਸੀਗਾ ਉਹੀ ਮੈਂ MBBS ਕਰਨ ਤੋਂ ਬਾਅਦ ਵੀ ਕਰਦਾ ਸੀ। ਉਹ ਤੁਸੀਂ ਪਹਿਲਾਂ ਹੀ ਸੋਚਿਆ ਸੀ ਕਿ ਮੈਂ ਡਾਕਟਰ ਬਣਨਾ? ਇਹ ਉਹ ਫਿਰ ਐਕਚੁਲੀ ਮੈਂ ਮੇਰੀ ਲਾਈਫ ਦੇ ਵਿੱਚ ਟੀਚਰਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਉਹਨਾਂ ਦੀ ਕੰਟਰੀਬਿਊਸ਼ਨ ਰਹੀ ਹੈ, ਔਰ ਜਿਹੜਾ ਮੇਰਾ ਅਕੈਡਮਿਕ ਕੈਰੀਅਰ ਸੀ ਬਹੁਤ ਅੱਛਾ ਸੀਗਾ ਜਿਸ ਟਾਈਮ 'ਤੇ ਅਸੀਂ ਛੋਟੀ ਕਲਾਸ ਪੜ੍ਹਦੇ ਸੀ, ਪਰ ਮੈਨੂੰ 6ਵੀਂ 7ਵੀਂ 'ਚ ਸਿਖਾਤਾ ਗਿਆ ਸੀਗਾ ਕਿ ਇਹ ਮੁੰਡਾ ਕਾਫੀ ਜ਼ਿਆਦਾ ਪੜ੍ਹਦਾ ਹੈ, ਇਹ ਡਾਕਟਰ ਬਣੂਗਾ। ਉਦੋਂ ਉਸ ਟਾਈਮ ਦੇ ਉੱਤੇ ਡਾਕਟਰ, ਇੰਜੀਨੀਅਰ, ਡਾਕਟਰ ਇੰਜੀਨੀਅਰ ਲੋਕ, ਇੰਜੀਨੀਅਰ ਵੀ ਨਹੀਂ ਕਹਿੰਦੇ ਹੁੰਦੇ ਸੀ, SDO ਕਹਿੰਦੇ ਹੁੰਦੇ ਸੀਗੇ ਉਸ ਟਾਈਮ 'ਤੇ। ਡਾਕਟਰ ਅਤੇ ਡਾਕਟਰ ਨੂੰ ਕਾਫੀ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਸੀ, ਹੈ ਵੀ ਸੀ। ਉਹ ਡਿਟੀਰੀਓਰੇਸ਼ਨ ਵੀ ਸਾਡੇ ਪੀਰੀਅਡ 'ਤੇ ਹੀ ਸ਼ੁਰੂ ਹੋਈ ਹੈ। ਐਕਚੁਲੀ ਜ਼ਿਆਦਾ ਡਿਟੀਰੀਓਰੇਸ਼ਨ, ਗੁਰਸ਼ਰਨ ਜੀ, ਮੈਂ ਤੁਹਾਨੂੰ ਦੱਸਾਂ, ਸਾਡੇ ਹੈਲਥ ਡਿਪਾਰਟਮੈਂਟ ਦੀ ਸਟਾਰਟ ਹੋਈ ਜਦੋਂ ਦਾ ਟੈਰਰਿਜ਼ਮ ਆਇਆ। ਉਸ ਤੋਂ ਪਹਿਲਾਂ ਅਸੀਂ, ਚਲੋ ਅਸੀਂ, ਮੈਂ ਤਾਂ ਨੌਕਰੀ 1987 'ਚ ਜੁਆਇਨ ਕੀਤੀ ਹੈ, ਪਰ ਫਿਰ ਵੀ ਅਗਰ ਆਪਾਂ ਉੱਥੋਂ ਕੀ ਵੀ ਸ਼ੁਰੂ ਕਰਦੇ ਸੀ ਤਾਂ ਜਿਵੇਂ ਕਿਉਂਕਿ ਯੂਨੀਅਨ 'ਚ ਹੋਣ ਕਰਕੇ ਜਾਂ ਐਜ਼ ਏ ਸਿਵਲ ਸਰਜਨ, ਕਿਉਂਕਿ ਫਿਰ ਮੈਂ ਪੰਜਾਬ ਦੇ ਕਈ ਸਾਰੇ ਥਾਵਾਂ 'ਤੇ ਮੈਨੂੰ ਵਿਖਾਇਆ ਵੀ ਅਤੇ ਮੈਨੇ ਦੇਖਿਆ ਵੀ, ਅਜੇ ਤੱਕ ਵੀ ਤੁਹਾਨੂੰ ਪੁਰਾਣੀ ਸੱਭਿਅਤਾ ਡਾਕਟਰਾਂ ਦੀ ਮਿਲ ਜਾਂਦੀ ਹੈ ਕਿ ਡਾਕਟਰ ਪਿੰਡਾਂ 'ਚ ਰਹਿੰਦੇ ਹੁੰਦੇ ਸੀ ਅਤੇ ਲੋਕ ਉਹਨਾਂ ਨੂੰ ਜਿਹੜੇ ਅੱਜ ਲੋਕ ਠੱਗ ਕਹਿੰਦੇ ਨੇ ਉਦੋਂ ਰੱਬ ਕਹਿੰਦੇ ਹੁੰਦੇ ਸੀ, ਉਹ ਠੀਕ ਸੀ। ਲੇਕਿਨ ਅੱਜ ਉਹ ਰੱਬ ਵਾਲਾ ਕੋਈ ਮੁੱਦਾ ਨਹੀਂ, ਕਿਉਂਕਿ ਰੱਬ ਵਾਲਾ ਮੁੱਦਾ ਹੈ ਹੀ ਨਹੀਂ ਹੁਣ ਤਾਂ। ਡਾਕਟਰ ਜਿਹੜੇ ਹੈਗੇ ਉਹ ਕੰਜ਼ਿਊਮਰ ਕੋਰਟ 'ਚ ਕਵਰ ਹੁੰਦੇ ਆ, ਅਤੇ ਜੇ ਕੰਜ਼ਿਊਮਰ ਕੋਰਟ 'ਚ ਕਵਰ ਨਹੀਂ ਹੁੰਦੇ ਫਿਰ ਡਾਕਟਰ ਰੱਬ ਕਿਵੇਂ ਹੋ ਸਕਦਾ? ਉਹ ਤਾਂ ਫਿਰ ਬਿਜ਼ਨਸ ਦਾ ਪਾਰਟ ਹੈ। ਹਾਂ, ਅਤੇ ਡਾਕਟਰ ਇੱਕ ਸੇਲਸਮੈਨ ਹੈ, ਅਗਲਾ ਇੱਕ ਕੰਜ਼ਿਊਮਰ ਹੈ, ਬਸ ਆਹੀ ਸਟੋਰੀ ਹੈ ਅੱਜ ਦੀ ਤਬਦੀਲੀ ਹੈ। ਪਰ ਬੜਾ ਡਿਸਪੋਇੰਟਮੈਂਟ 'ਚ ਹੁੰਦੀ ਹੈ, ਖਾਸ ਕਰਕੇ ਅੱਜ ਵਾਲੇ ਸਿਸਟਮ ਨੂੰ ਦੇਖ ਕੇ।
ਜਿੱਥੇ ਤੁਸੀਂ ਗੱਲ ਸ਼ੁਰੂ ਕੀਤੀ ਸੀ, ਮੈਨੂੰ ਉਹ ਉਸ ਗੱਲ ਦੀ ਬਹੁਤ ਵੱਡੀ ਇਰੀਟੇਸ਼ਨ ਹੈ ਕਿ ਇਹ ਡੀਸੀ SDM ਹੀ ਥਾਣੇਦਾਰੀ ਡਾਕਟਰਾਂ ਨੂੰ ਭਜਾਈ ਫਿਰਦੇ ਹੈ, ਨੇੜੇ ਨਹੀਂ ਲੱਗਣ ਦਿੰਦੇ ਕਿਤੇ। ਡਰੱਗਸ ਦਾ ਮੁੱਦਾ ਐਡਾ ਵੱਡਾ ਮੁੱਦਾ ਹੈਗਾ ਅਤੇ ਇਹਦੇ 'ਚ ਹੈਲਥ ਡਿਪਾਰਟਮੈਂਟ ਕਿੱਥੇ? ਹੈਲਥ ਡਿਪਾਰਟਮੈਂਟ ਤਾਂ ਹੈ ਹੀ ਨਹੀਂ ਸੀ ਕਿਤੇ ਇਹਦੇ। ਆਹ ਜੀ ਆ ਡਰੱਗ ਬੋਰਡ ਹੈ ਜੀ, ਇਹ ਪੰਜਾਬ ਦਾ ਪੰਜਾਬ ਕੰਟਰੋਲ ਡਰੱਗ ਬੋਰਡ ਹੈ ਜੀ, ਇਹ ਡਿਸਟ੍ਰਿਕਟ ਡਰੱਗ ਕੰਟਰੋਲ ਬੋਰਡ ਹੈ ਜੀ, ਇਹ SDM ਦੀ ਮੀਟਿੰਗ ਹੈ। ਮੈਂ ਇਹਨਾਂ ਦੀ ਤੁਸੀਂ ਦੇਖੋ ਇੱਕ ਵੀ ਮੀਟਿੰਗ ਅਟੈਂਡ ਨਹੀਂ ਕੀਤੀ। ਅਜੇ ਸਭ ਤੋਂ ਜ਼ਿਆਦਾ ਡਰੱਗਸ ਦੇ ਬਾਰੇ 'ਚ ਮੈਂ ਹੀ ਬੋਲਿਆ, ਲੇਕਿਨ ਮੈਂ ਇਹਨਾਂ ਨੂੰ ਕਿਹਾ ਸੀ, ਮੈਂ ਕਿਹਾ ਤੁਸੀਂ ਇੰਨੇ ਬੇਈਮਾਨ ਹੋ ਗਏ, ਮੈਨੇ ਤੁਹਾਡੀ ਮੀਟਿੰਗ ਨਹੀਂ ਅਟੈਂਡ। ਮੈਂ ਕਿਸੇ ਮੈਡੀਕਲ ਅਫਸਰ ਦੀ ਡਿਊਟੀ ਲਾਉਂਦਾ ਸੀ ਜਾਂ ਯਾਰ ਅਟੈਂਡ ਕਰਿਆ, ਕਿਉਂਕਿ ਜਦੋਂ ਤੁਸੀਂ ਤੁਹਾਡੇ ਕੋਲ ਪਾਲਿਸੀ ਹੈ ਨਹੀਂ ਕੋਈ ਵੀ ਜੀ, ਫਿਰ ਉਸ ਦੀਆਂ ਇਹੋ ਜਿਹੀਆਂ ਮੀਟਿੰਗਸ, ਜਿਵੇਂ ਤੁਹਾਨੂੰ ਕਿਹਾ ਡਿਸਟ੍ਰਿਕਟ ਹੈਲਥ ਸੁਸਾਇਟੀ, ਡਿਸਟ੍ਰਿਕਟ ਹੈਲਥ ਸਟੈਟਿਕਸ, ਸਾਡੇ ਹੀ ਸਟੈਟਿਕਸ ਸਾਨੂੰ ਹੀ ਪੜ੍ਹ ਕੇ ਸੁਣਾ ਦਿੰਦੇ ਅਤੇ ਫਿਰ ਸਾਨੂੰ ਗਾਲਾਂ ਕੱਢ ਲੱਗ ਜਾਂਦੇ, ਫਿਰ ਕਹਿੰਦੇ ਬੰਦੂਕ ਲਿਆਓ ਮਾਰ ਦੇਗੀ। ਮੈਂ ਆਪਣੇ ਆਪ ਨੂੰ ਇਮਾਨਦਾਰ ਸਮਝਦਾ ਇਹ ਮੈਂ ਨੇ ਕਦੀ ਨਹੀਂ ਕਿਹਾ ਤੇ ਨਾ ਮੈਂ ਨੇ ਕਹਿਣਾ ਪਰ ਮੈਂ ਆਪਣੇ ਆਪ ਨੂੰ ਹਾਰਡ ਵਰਕਰ ਜ਼ਰੂਰ ਸਮਝਦਾ। ਔਰ ਕਿਉਂਕਿ ਜਿਸ ਸਮਾਜ ਦੇ ਵਿੱਚ ਤੁਸੀਂ ਰਹਿੰਦੇ ਹੋ ਉਸੇ ਸਮਾਜ ਦਾ ਹਿੱਸਾ, ਉਹਦੇ 'ਚ ਹੀ ਮੈਂ ਜੰਮਿਆ ਪਿਆ, ਤੁਹਾਨੂੰ ਉਹਦੇ ਵਿੱਚ ਰਹਿਣਾ ਪਏਗਾ। ਲੇਕਿਨ ਉਹ ਜਿਵੇਂ ਕਹਿੰਦੇ ਆਈ ਡੋਂਟ ਡੂ ਐਨੀਥਿੰਗ ਡਿਫਰੈਂਟ ਬਟ ਆਈ ਡੂ ਇਟ ਡਿਫਰੈਂਟਲੀ, ਬਸ ਆਹ ਇੰਨਾ ਕੀ ਫਰਕ ਹੈ। ਔਰ ਉਹਦਾ ਡਿਫਰੈਂਟਲੀ ਕਰਨ ਦਾ ਮੈਨੂੰ ਐਡਵਾਂਟੇਜ ਸਿਰਫ ਇਹੀ ਹੋਇਆ ਕਿ ਮੈਂ ਸਮਾਜ ਦੇ ਵਿੱਚ ਰਹਿ ਕੇ ਵੀ ਬਹੁਤ ਕੁਛ ਐਸਾ ਕੀਤਾ ਜਿਹੜਾ ਜਿਹਦੇ ਬਾਰੇ ਲੋਕ ਕਹਿੰਦੇ ਸੀ ਇਹ ਹੋ ਨਹੀਂ ਸਕਦਾ। ਠੀਕ ਹੈ, ਮੈਂ ਹੋਸਪਿਟਲ ਜਿਹੜੇ ਹੈਗੇ ਆ ਉਹ ਡੋਨੇਸ਼ਨ 'ਤੇ ਚਲਾਏ, ਡੋਨੇਸ਼ਨ 'ਤੇ ਬਣਾਏ। ਲੋਕ ਕਹਿੰਦੇ ਸੀ ਤੁਸੀਂ, ਹਾਂ ਮੇਰੇ ਕਿਸੇ ਕਈ ਵਾਰੀ ਮੇਰੇ ਸੀਨੀਅਰ ਅਫਸਰ ਵੀ ਮੇਰੇ ਨਾਲ ਔਖੇ ਹੋਏ, ਤੂੰ ਡੋਨੇਸ਼ਨ ਕਿਵੇਂ ਲੈ ਸਕਦਾ? ਮੈਂ ਕਿਹਾ ਯਾਰ ਡੋਨੇਸ਼ਨ ਲਿਆ ਕੇ ਮੈਂ ਆਪਣੀ ਘਰਵਾਲੀ ਨੂੰ ਲੱਡੂ ਖਵਾਏ ਹੈ, ਹਸਪਤਾਲ ਹੀ ਬਣਾਇਆ, ਜਾਂ ਤੂੰ ਦੱਸ ਮੈਨੂੰ ਕਿ ਮੈਂ ਹਸਪਤਾਲ ਨਹੀਂ ਬਣਾਇਆ, ਮੈਂ ਡੋਨੇਸ਼ਨ ਲੈ ਕੇ ਸਕੂਲ ਹੀ ਬਣਾਇਆ, ਜਾਂ ਮੈਂ ਡੋਨੇਸ਼ਨ ਲੈ ਕੇ ਗਰਾਊਂਡ ਹੀ ਬਣਾਈ ਹੈ, ਕਿਹੜੇ ਮੈਂ ਆਪਣਾ ਘਰ ਪਾਲਿਆ ਜੀ? ਮੈਂ ਤਾਂ ਆਪਣੇ ਬਾਪੂ ਦੇ ਘਰੋਂ ਪੈਸੇ ਲਿਆ ਕੇ ਵੀ ਲਾਏ, ਉਹ ਵੀ ਡੋਨੇਸ਼ਨ 'ਤੇ ਲਾ ਦਿੰਦਾ ਹੁੰਦਾ। ਉਹ ਇੱਕ ਵੱਖਰਾ ਇਸ਼ੂ ਹੈ, ਕਹਿੰਦੇ ਜੀ ਤੂੰ ਵੀ ਪੈਸੇ ਕਮਾਏ, ਮੈਂ ਕਿਹਾ ਮੈਂ ਤੁਹਾਨੂੰ ਕਦੋਂ ਕਿਹਾ ਮੈਨੇ ਪੈਸੇ ਨਹੀਂ ਕਮਾਏ? ਉਹ ਸਿਸਟਮ ਦਾ, ਜਿਹੜੀ ਸਿਸਟਮ ਦਾ ਪਾਰਟ ਆ ਉਸ ਸਿਸਟਮ ਦੇ ਵਿੱਚ ਮੈਂ ਵੀ ਰਹਿ ਰਿਹਾ, ਪਰ ਤੂੰ ਮੈਨੂੰ ਇਹ ਦੱਸ ਜਿਹੜਾ ਮੇਰੇ 'ਤੇ ਇਲਜ਼ਾਮ ਲਗਾਉਂਦਾ, ਤੂੰ ਦੱਸ ਤੂੰ ਪਬਲਿਕ ਵੈਲਫੇਅਰ ਵਾਸਤੇ ਕਿੰਨੇ ਪੈਸੇ ਖਰਚ ਕੀਤੇ? ਮੈਂ ਤੈਨੂੰ ਦੱਸੂਗਾ ਮੈਨੇ ਆਪਣੀ ਠੱਗੀ ਦੇ ਪੈਸੇ ਕਿੱਥੇ ਖਰਚ ਕੀਤੇ? ਇੱਕ ਦਿਨ ਮੈਨੂੰ ਕਹਿ ਰਿਹਾ ਸੀਗਾ, ਕਹਿੰਦਾ ਡਾਕਟਰ ਸਾਹਿਬ ਤੁਸੀਂ ਠੱਗੀਆਂ ਮਾਰੀਆਂ। ਮੈਂ ਕਿਹਾ ਹਾਂ ਮਾਰੀਆਂ ਨੇ, ਪਰ ਮੈਂ ਤੈਨੂੰ ਐਡਰੈਸ ਦੇ ਦਿੰਦਾ, ਠੀਕ ਹੈ? ਉਸ ਠੱਗੀ ਦੇ ਵਿੱਚ ਹਿੱਸਾ ਤੂੰ ਵੀ ਲੈ, ਉਸ ਠੱਗੀ ਦੇ ਵਿੱਚ ਹਿੱਸਾ ਤੂੰ ਵੀ ਲਿਆ ਜਾ ਕੇ। ਸੋ ਉਹਦੇ 'ਚ ਗੁਰਸ਼ਰਨ ਜੀ ਸਵਾਲ ਇਹ ਨਹੀਂ ਹੁੰਦਾ, ਸਵਾਲ ਤਾਂ ਇਹ ਹੁੰਦਾ ਕਿ ਤੁਸੀਂ ਸਮਾਜ ਦੇ ਵਿੱਚ ਰਹਿਣਾ, ਵਿਚਰਨਾ ਤੁਸੀਂ ਉਹਦੇ ਵਿੱਚ ਹੀ ਹੈ। ਲੇਕਿਨ ਅਗਰ ਤੁਸੀਂ ਉਸ ਸਿਸਟਮ ਨੂੰ ਐਕਸਪਲਾਇਟ ਨਹੀਂ ਕਰਦੇ ਤਾਂ ਤੁਸੀਂ ਲਿਟਲ ਬਿਟ ਬੈਟਰ ਆਫ ਮੰਨੇ ਜਾਓਗੇ। ਲੇਕਿਨ ਅਗਰ ਤੁਸੀਂ ਕਹੋ ਕਿ ਤੁਸੀਂ ਸੱਚੇ ਹੋ, ਤੁਸੀਂ ਇਮਾਨਦਾਰ ਹੋ, ਤੁਹਾਡੇ ਵਰਗਾ ਕੋਈ ਨਹੀਂ ਹੈਗਾ, ਤਾਂ ਇੱਦਾਂ ਦਾ ਕੋਈ ਇਸ਼ੂ ਨਹੀਂ ਹੈਗਾ। ਤੋ ਅੱਜ ਲੇਕਿਨ ਜਿੱਥੇ ਡਿਸਅਪੁਆਇੰਟਮੈਂਟ ਆਉਂਦੀ ਹੈ ਉਹ ਹੈਗੀ ਹੈ ਕਿ ਸਾਡੀ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਹੈ ਇੰਕਲੂਡਿੰਗ ਡਾਕਟਰਸ, ਉਹ ਸਪਾਈਨਲੈਸ ਹੋ ਚੁੱਕੀ ਹੈ, ਫਸਟ ਪਾਰਟ ਹੈ। ਨੰਬਰ 2 ਹੈਗਾ ਕਿ ਉਹਨਾਂ 'ਚ ਪ੍ਰੋਫੈਸ਼ਨਲਿਜ਼ਮ ਨਹੀਂ ਹੈਗਾ, ਪੈਸੇ ਕਮਾਉਣਾ ਉਹਨਾਂ ਦਾ ਫਸਟ ਪਾਰਟ ਹੈ। ਜਿਹੜੀ ਕਿਤੇ ਸਾਡੇ ਮਹਿਕਮੇ 'ਚ ਮੰਨਿਆ ਜਾਂਦਾ ਸੀਗਾ ਕਿ ਸੋਸ਼ਲ ਸਰਵਿਸ ਹੁੰਦੀ ਹੈ ਜਾਂ ਲੋਕ ਉਹਨੂੰ ਡੈਮੀ ਗੋਡ ਕਹਿ ਕੇ ਚੱਲਦੇ ਸੀ, ਉਸ ਪਾਸੇ ਆਪਾਂ ਨਾ ਤੁਰ ਕੇ ਅਤੇ ਅਸੀਂ ਸਿਰਫ ਇੱਕੋ ਹੀ ਕ੍ਰਾਈਟੀਰੀਆ ਬਣਾ ਲਿਆ
ਕਿ ਮੈਂ ਤਾਂ ਬਿਜ਼ਨਸਮੈਨ ਹਾਂ ਜੀ, ਮੈਂ ਤਾਂ ਪੈਸੇ ਖਰਚ ਕੀਤੇ ਹਾਂ ਜੀ, ਮੈਂ ਪੈਸੇ ਖਰਚ ਕਰਕੇ ਡਾਕਟਰ ਬਣਿਆ, ਮੈਂ ਤਾਂ ਪੈਸੇ ਖਰਚ ਕਰਕੇ ਬਣਾਇਆ, ਉਹ ਪਾਰਟ ਜਿਹੜਾ ਹੈਗਾ ਉਹਦੇ ਨਾਲ ਫਿਰ ਸਾਡੀ ਜਿਹੜੀਆਂ ਹੈਲਥ ਸਰਵਿਸ ਨੇ ਸਿਮਿਲਰਲੀ ਇਜ਼ ਐਜੂਕੇਸ਼ਨ ਆਲਸੋ, ਇਹ ਦੋਵੇਂ ਡਾਊਨਗ੍ਰੇਡਿੰਗ 'ਚ ਚਲੀ ਗਈਆਂ ਹਨ ਲੋਕ ਅੱਜ ਦੀ ਡੇਟ ਦੇ ਵਿੱਚ। ਤਾਂ ਹੀ ਮੈਂ ਕਹਿ ਰਿਹਾ ਸੀਗਾ ਜਿਸ ਸਮੇਂ ਇੱਕ ਵਰਡ ਯੂਜ਼ ਕੀਤਾ, ਮੈਂ ਡਾਕਟਰਾਂ ਦੇ ਨਾਲ ਖੜਾ ਉਹਨਾਂ ਦੀਆਂ ਜੋ ਡਿਮਾਂਡਸ ਹੈਗੀਆਂ ਨੇ, ਲੇਕਿਨ ਡਿਮਾਂਡ ਕਿਵੇਂ ਪੂਰੀਆਂ ਕਰਾਉਣੀਆਂ ਨੇ ਸ਼ਾਇਦ ਉਹਦੇ 'ਚ ਮੇਰੀ ਆਪਣੀ ਲਿਮਿਟੇਸ਼ਨ ਹੈ ਵਿੱਚ। ਮੈਂ ਧਰਨੇ ਹੜਤਾਲਾਂ ਦੇ ਵਿੱਚ ਬਹੁਤਾ ਜ਼ਿਆਦਾ ਬਿਲੀਵ ਨਹੀਂ ਕਰਦਾ, ਕਿਉਂਕਿ ਮੈਂ ਇਹ ਕਹਿ ਰਿਹਾ ਕਿ ਤੁਸੀਂ ਇਹ ਦੱਸੋ, ਜਿਵੇਂ ਅਮੈਰੀਕਾ ਦੇ ਵਿੱਚ ਮੰਨਿਆ ਜਾਂਦਾ ਹੁੰਦਾ ਸੀ ਨਾ ਕਿ ਅਮੈਰੀਕਨਸ ਦੇ ਵਿੱਚ ਜੌਨ ਐਫ ਕੈਨੇਡੀ ਨੇ ਕਿਹਾ ਸੀਗਾ ਕਿ ਯੂ ਸ਼ੁੱਡ ਬੀ ਪ੍ਰਾਊਡ ਆਫ ਵਟ ਯੂ ਹੈਵ ਗਿਵਨ ਟੂ ਅਮੈਰੀਕਾ, ਨੋਟ ਵਟ ਅਮੈਰੀਕਾ ਹੈਜ਼ ਗਿਵਨ ਟੂ ਯੂ। ਸਿਮਿਲਰਲੀ ਮੈਨੇ ਬੜੀ ਵਾਰੀ ਰਿਪੀਟ ਕੀਤਾ ਕਿ ਵੀ ਸ਼ੁੱਡ ਬੀ ਪ੍ਰਾਊਡ ਆਫ ਵਟ ਵੀ ਹੈਵ ਗਿਵਨ ਟੂ ਇੰਡੀਆ, ਨੋਟ ਵਟ ਇੰਡੀਆ ਹੈਜ਼ ਗਿਵਨ ਟੂ। ਜੇ ਆਪਾਂ ਨੂੰ ਕਿਸੇ ਮਜਬੂਰੀ ਦੇ ਵਿੱਚ ਰਹਿ ਕੇ ਵੀ ਕੋਈ ਸਰਵਿਸ ਕਰਨੀ ਪੈ ਰਹੀ ਹੈ ਤਾਂ ਲੋਕਾਂ ਨੂੰ ਰਿਲਾਈਜ਼ ਕਰਾਓ ਕਿ ਮੈਂ ਇਹਦੇ 'ਚ ਇਹ ਕਰ ਰਿਹਾ। ਲੋਕ ਤਾਂ ਹੁਣ ਸਾਨੂੰ ਠੱਗ ਕਹਿੰਦੇ ਆ ਡਾਕਟਰਾਂ ਨੂੰ, ਅਤੇ ਫਿਰ ਕਿਵੇਂ ਅਸੀਂ ਜਸਟੀਫਾਈ ਕਿਵੇਂ ਕਰਾਂਗੇ? ਇੱਥੇ ਸਟੋਰੀ ਹੈ ਬਸ ਸਾਰੀ। ਹਾਂ, ਸੋ ਮੈਂ ਉਸ ਸਰਵਿਸ ਦਾ ਪਾਰਟ ਹਾਂ, ਲੇਕਿਨ ਉਸ ਠੱਗੀ ਦਾ ਪਾਰਟ ਨਹੀਂ ਹਾਂ, ਨਾ ਮੈਂ ਬਣਨਾ ਚਾਹਾਂਗਾ। ਦੈਟਸ ਫਾਈਨ, ਗੁੱਡ। ਓਕੇ, ਇੱਕ ਲਾਸਟ ਸਵਾਲ ਹੈ।